ਪੁਸਤਕ ਸਿਮਰਨ ਮਹਿਮਾ ਦਾ ਸਿਮਰਨ ਸੰਬੰਧੀ ਭੁਲੇਖੇ ਵਾਲਾ ਵਿਸ਼ੇ ਦਾ ਪ੍ਰਸ਼ਨ। ਸਿਮਰਨ ਦਾ ਅੰਤ ਮੁਕਤੀ ਹੈ, ਮੁਕਤੀ ਨੇਸਤੀ ਹੈ। ਇਨਸਾਨ ਹਸਤੀ ਵਿੱਚੋਂ ਨੇਸਤੀ ਵੱਲ ਕਦੀ ਜਾਣਾ ਪਸੰਦ ਨਹੀਂ ਕਰਦਾ। ਇਸ ਵਾਸਤੇ ਸਿਮਰਨ ਬੰਦਗੀ ਨਹੀਂ ਕਰਨੀ ਚਾਹੀਦੀ। ਬੱਚਾ ਜਵਾਨ ਹੋ ਜਾਏ ਤਾਂ ਉਹਦਾ ਬਚਪਨ ਖਤਮ ਹੋ ਜਾਂਦਾ ਹੈ, ਪਰ ਬੱਚਾ ਆਪ ਨਹੀਂ ਖਤਮ ਹੁੰਦਾ। ਉਹ ਜ਼ਿੰਦਗੀ ਦੀ ਇੱਕ ਨਵੀਂ ਅਤੇ ਚੰਗੇਰੀ ਹਾਲਤ ਵਿੱਚ ਚਲਾ ਜਾਂਦਾ ਹੈ। ਇਸੇ ਤਰ੍ਹਾਂ ਸਿਮਰਨ ਅਭਿਆਸੀ ਜਦ ਜਗਤ ਦੀ ਰਚਨਹਾਰ ਮਹਾਂਚੇਤਨ ਸ਼ਕਤੀ ਦਾ ਰੂਪ ਬਣ ਜਾਂਦਾ ਹੈ, ਉਹਦੀ ਜੀਵ ਵਾਲੀ ਜ਼ਿੰਦਗੀ ਕਲਪਨਾ, ਮੌਤ ਦਾ ਡਰ, ਅਰੋਗਤਾ ਦਾ ਖਤਰਾ, ਮਹਿਦੂਦ ਹਸਤੀ ਖਤਮ ਹੋ ਕੇ ਹਮੇਸ਼ਾ ਦੀ ਜ਼ਿੰਦਗੀ ਅਟਲ ਸੁੱਖ ਅਤੇ ਸਦੀਵੀ ਆਨੰਦ, ਜਿਹਨੂੰ ਗੁਰਬਾਣੀ 'ਚ ਨਿਸ਼ਚਲ ਰਾਜ ਦੱਸਿਆ, ਪ੍ਰਾਪਤ ਹੋ ਜਾਂਦਾ ਹੈ। ਅਭਿਆਸੀ ਮਹਿਸੂਸ ਕਰਦਾ ਹੈ ਕਿ ਉਸਦੀ ਇੱਕ ਭਿਆਨਕ ਸੁਪਨੇ ਤੋਂ ਹਮੇਸ਼ਾ ਲਈ ਅੱਖ ਖੁੱਲ੍ਹ ਗਈ ਹੈ। ਉਹ ਸ਼ਹਿਨਸ਼ਾਹ ਦਾ ਪੁੱਤਰ ਹੋ ਕੇ ਆਪਣੇ ਆਪ ਨੂੰ ਭਿਖਾਰੀ ਸਮਝਦਾ ਰਿਹਾ। ਉਹ ਰਾਮ ਦਾ ਅੰਸ਼ ਹੋ ਕੇ ਆਪਣੇ ਆਪ ਨੂੰ ਜਿਸਮ ਦਾ ਕੈਦੀ, ਆਲੇ ਦੁਆਲੇ ਦੇ ਹਾਲਾਤ ਦਾ ਗੁਲਾਮ ਮੰਨਦਾ ਰਿਹਾ। ਨਰਪਤੇਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਪਿਛਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਜਦ ਉਹਦੀ ਹੋਮੇ ਦੇ ਭਿਆਨਕ ਸੁਪਨੇ ਤੋਂ ਅੱਖ ਖੁੱਲ੍ਹ ਜਾਏ, ਫਿਰ ਉਹ ਸੱਚਾਈ ਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ ਅਤੇ ਆਖਦਾ ਹੈ, ਬਾਪ ਹਮਾਰਾ ਸਦ ਚਿਰੰਜੀਵੀ, ਭਾਈ ਹਮਾਰੇ ਸਦ ਹੀ ਜੀਵੀ, ਮੀਤ ਹਮਾਰੇ ਸਦਾ ਅਭਿਨਾਸੀ, ਕੁਟੰਬ ਹਮਾਰਾ ਨਿਜ ਘਰ ਵਾਸੀ, ਹਮ ਸੁਖ ਪਾਇਆ ਤਾਂ ਸਭੈ ਸੁਹੇਲੇ, ਗੁਰਪੂਰੇ ਪਿਤਾ ਸੰਗ ਮੇਲੇ, ਮੰਦਰ ਮੇਰੇ ਸਭ ਤੋਂ ਉੱਚੇ, ਦੇਸ ਮੇਰੇ ਬੇਅੰਤ ਪੂਛੇ, ਰਾਜ ਹਮਾਰਾ ਸਦ ਹੀ ਨਿਸ਼ਚਲ, ਮਾਲ ਹਮਾਰਾ ਖੂਟ ਅਬੇਚਲ, ਸੋਭਾ ਮੇਰੀ ਸਭ ਜੁਗ ਅੰਤਰ, ਬਾਜ ਹਮਾਰੀ ਥਾਨ ਥਨ ਅੰਤਰ, ਕੀਰਤ ਹਮਰੀ ਘਰ ਘਰ ਹੋਈ, ਭਗਤ ਹਮਾਰੀ ਸਭਨੀ ਲੋਈ, ਪਿਤਾ ਹਮਾਰੇ ਪ੍ਰਗਟੇ ਮਾਝ, ਪਿਤਾ ਪੂਤ ਰਲਕੀਨੀ ਸਾਂਝ, ਕਹੁ ਨਾਨਕ ਜੋ ਪਿਤਾ ਪਤੀਨੇ, ਪਿਤਾ ਪੂਤ ਏਕੇ ਰੰਗ ਲੈਨੇ। ਅਗਲਾ ਪ੍ਰਸ਼ਨ ਹੈ, ਸਿਮਰਨ ਅਭਿਆਸ ਦਾ ਫਲ ਬੜੀ ਦੇਰ ਨਾਲ ਬੜੀ ਘਾਲਣਾ ਕਰਕੇ ਮਿਲਦਾ ਹੈ, ਉਦੋਂ ਤੱਕ ਉਡੀਕ ਕਰਨੀ, ਸਿਦਕ ਯਕੀਨ ਕਾਇਮ ਰੱਖਣਾ ਮੁਸ਼ਕਿਲ ਹੈ। ਆਹ ਕੁਛ ਚਾਹੀਏ ਇੱਕ ਉਮਰ ਅਸਰ ਹੋਣੇ ਤੱਕ, ਕੌਣ ਜੀਤਾ ਹੈ ਤੇਰੀ ਜ਼ੁਲਫ ਕੇ ਸਰ ਹੋਣੇ ਤੱਕ। ਗਾਲਿਬ। ਸਿਮਰਨ ਅਭਿਆਸ ਦੇ ਦੋ ਫਲ ਹੁੰਦੇ ਆ, ਇੱਕ ਜਦੋਂ ਸਿਮਰਨ ਅਭਿਆਸ ਕਰੀਏ ਉਦੋਂ ਫੌਰਨ ਮਿਲਦਾ ਹੈ, ਦੂਸਰਾ ਫਲ ਅਭਿਆਸ ਦੁਆਰਾ ਪੂਰੇ ਗਿਆਨ ਦੀ ਪ੍ਰਾਪਤੀ ਹੋ ਕੇ। ਜਿਸ ਵਕਤ ਵੀ ਸਿਮਰਨ ਅਭਿਆਸ ਕਰੋ, ਭਾਵੇਂ ਸਾਨੂੰ ਆਤਮ ਮਾਰਗ ਦੀ ਕੋਈ ਸਮਝ ਨਾ ਵੀ ਹੋਵੇ, ਸਾਡੇ ਅੰਦਰੋਂ ਇੱਕ ਸ਼ਾਂਤੀ, ਪ੍ਰੇਮ ਅਤੇ ਸ਼ੀਤਲਤਾ ਦੀ ਲਹਿਰ ਨਿਕਲਦੀ ਹੈ। ਜਦੋਂ ਵੀ ਨਿਰਮਾਣ ਹੋ ਕੇ ਪਿਆਰ ਅਤੇ ਸਿਦਕ ਨਾਲ ਵਾਹਿਗੁਰੂ ਨੂੰ ਯਾਦ ਕਰੋ, ਉਦੋਂ ਹੀ ਅਗੰਮ 'ਚੋਂ ਅਕਾਲ ਪੁਰਖ ਵੱਲੋਂ ਇੱਕ ਪਿਆਰ ਸੰਦੇਸ਼ਾ ਸ਼ੀਤਲਤਾ ਅਤੇ ਸ਼ਾਂਤੀ ਦੀ ਸ਼ਕਲ 'ਚ ਆਉਂਦਾ ਹੈ। ਆਦਮੀ ਮਹਿਸੂਸ ਕਰਦਾ ਕਿ ਉਹ ਕਿਸੇ ਜਿਉਂਦੇ ਜਾਗਦੇ ਅਤੇ ਪ੍ਰੇਮੀ ਰੱਬ ਵੱਲ ਤੁਰ ਰਿਹਾ, ਜੋ ਪਿਆਰ ਨੂੰ ਪਿਆਰ ਵਿੱਚ ਮੋੜ ਰਿਹਾ। ਗੋਡ ਇਮੀਡੀਏਟਲੀ ਰਿਸਪੋਂਡਸ ਟੂ ਲਵ ਐਂਡ ਡਿਵੋਸ਼ਨ। ਜਦੋਂ ਵੀ ਮਨ ਸਿਮਰਨ 'ਚ ਇਕਾਗਰ ਹੋਵੇ, ਜਦੋਂ ਵੀ ਗੁਰਬਾਣੀ ਪੜ੍ਹਦੇ ਜਾਂ ਕੀਰਤਨ ਸੁਣਦੇ ਸੁਣਦੇ ਬਿਰਤੀ ਖਲੋ ਜਾਵੇ, ਉਦੋਂ ਹੀ ਅੰਦਰੋਂ ਕਿਸੇ ਅਥਾਹ ਸਾਗਰ ਵਿੱਚੋਂ ਸ਼ੀਤਲਤਾ ਅਤੇ ਸ਼ਾਂਤੀ ਦੀਆਂ ਲਹਿਰਾਂ ਨਿਕਲ ਕੇ ਗੁਰਸਿੱਖ ਦਾ ਮੂੰਹ ਚੁੰਮਦੀਆਂ ਅਤੇ ਸਿਰ 'ਤੇ ਹੱਥ ਫੇਰਦੀਆਂ ਪ੍ਰਤੀਤ ਹੁੰਦੀਆਂ।
ਇਹ ਘਟਨਾ ਫਿਨਾਮਿਨਾ ਜਦੋਂ ਕਿਸੇ ਦਾ ਜੀ ਕਰੇ ਪਿਆਰ ਨਿਰਮਾਣਤਾ ਅਤੇ ਨੇਕ ਨੀਤੀ ਨਾਲ ਰੱਬ ਜੀ ਨੂੰ ਯਾਦ ਕਰਕੇ ਉਹਦਾ ਧਿਆਨ ਧਰ ਕੇ ਦੇਖ ਲਵੇ। ਜੀਵ ਜਦੋਂ ਵੀ ਆਪਣੇ ਅਸਲੇ ਅਕਾਲ ਪੁਰਖ ਵੱਲ ਮੁੜੇਗਾ ਉਦੋਂ ਹੀ ਉਹਦਾ ਰਿਸ਼ਤਾ ਰੱਬ ਜੀ ਨਾਲ ਕਾਇਮ ਹੋ ਜਾਏਗਾ ਅਤੇ ਠੰਡਕ ਸ਼ਾਂਤੀ ਅਤੇ ਪਿਆਰ ਜੀਵ ਨੂੰ ਪਹੁੰਚਣੇ ਸ਼ੁਰੂ ਹੋ ਜਾਣਗੇ। ਭਾਈ ਗੁਰਦਾਸ ਜੀ ਨੇ ਇੱਕ ਵਿਗਿਆਨਕ ਆਤਮਕ ਅਸੂਲ ਵਰਣਨ ਕੀਤਾ ਜਦ ਉਹਨਾਂ ਆਖਿਆ ਕਿ ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਸੇ ਤਰ੍ਹਾਂ ਅਭਿਆਸ ਕਾਇਮ ਰੱਖਿਆ ਇਹ ਸ਼ਾਂਤੀ ਅਤੇ ਸੀਤਲਤਾ ਦੀਆਂ ਲਹਿਰਾਂ ਦੇਰ ਪਾ ਕੇ ਡੂੰਘੀਆਂ ਹੁੰਦੀਆਂ ਜਾਂਦੀਆਂ ਅਤੇ ਅਖੀਰ 'ਚ ਅਭਿਆਸੀ ਨੂੰ ਅਕਾਲ ਪੁਰਖ ਨਾਲ ਜੋ ਸ਼ਾਂਤੀ ਆਨੰਦ ਅਤੇ ਸੀਤਲਤਾ ਦੀ ਖਾਣ ਹੈ ਇੱਕ ਸੁਰ ਇੱਕ ਰਸ ਇੱਕ ਮਿੱਕ ਕਰ ਦਿੰਦੀ ਹੈ। ਉਦੋਂ ਸਿਮਰਨ ਦਾ ਦੂਜਾ ਫਲ ਨਿਕਲਦਾ ਹੈ ਜਦ ਵਾਹਿਗੁਰੂ ਆਪਣੇ ਸਭ ਰਾਜ਼ ਸਭ ਪਰਦੇ ਅਭਿਆਸੀ ਤੋਂ ਲਾਹ ਦਿੰਦਾ ਹੈ, ਜੀਵਨ ਮਰਨ ਦੀ ਸਭ ਰਮਜ਼ ਸਮਝਾ ਦਿੰਦਾ ਹੈ, ਅਭਿਆਸੀ ਹਰ ਤਰ੍ਹਾਂ ਨਾਲ ਪੂਰੀ ਤਸੱਲੀ ਅਤੇ ਪ੍ਰਸੰਨਤਾ ਕਰ ਦਿੰਦਾ ਹੈ। ਸਿਮਰਨ ਦੇ ਇਸ ਦੂਸਰੇ ਫਲ ਦੀ ਮਹਿਮਾ ਬਿਆਨ ਤੋਂ ਬਾਹਰ ਹੈ। ਇਹਦੇ ਸਾਹਮਣੇ ਦੁਨੀਆ ਦੇ ਰਸ ਭੋਗ ਖੁਸ਼ੀ ਇੱਜ਼ਤ ਤਾਕਤ ਰੰਗ ਰਾਗ ਸਭ ਫਿੱਕੇ ਕੋਝੇ ਅਤੇ ਤੁੱਛ ਪ੍ਰਤੀਤ ਹੁੰਦੇ ਆ। ਸਿਮਰਨ ਦੇ ਦੋਵੇਂ ਫਲ ਇਸ ਤਰ੍ਹਾਂ ਮਿਲਦੇ ਆ ਜਿਵੇਂ ਸਰਕਾਰੀ ਮੁਲਾਜ਼ਮਾਂ ਨੂੰ ਇੱਕ ਤਨਖਾਹ ਹਰ ਮਹੀਨੇ ਆਪਣੇ ਗੁਜ਼ਾਰੇ ਵਾਸਤੇ ਮਿਲਦੀ ਹੈ, ਦੂਜੀ ਤਨਖਾਹ ਇਨਾਮ ਦੀ ਜਾਂ ਬੋਨਸ ਜਾਂ ਪ੍ਰੋਵੀਡੈਂਟ ਫੰਡ ਦੀ ਸ਼ਕਲ 'ਚ ਨੌਕਰੀ ਖਤਮ ਕਰਨ 'ਤੇ ਇਕੱਠੀ ਮਿਲਦੀ ਹੈ। ਇਸ ਨਾਲ ਮੁਲਾਜ਼ਮ ਆਪਣੀ ਸਾਰੀ ਬਾਕੀ ਦੀ ਉਮਰ ਬਗੈਰ ਨੌਕਰੀ ਕਰਨ ਦੇ ਆਰਾਮ ਨਾਲ ਗੁਜ਼ਾਰ ਸਕਦਾ ਹੈ। ਅਗਲਾ ਪ੍ਰਸ਼ਨ, ਸਿਮਰਨ ਅਭਿਆਸ ਇੱਕ ਵਹਿਮ ਹੈ ਵਿਗਿਆਨਕ ਇਲਮ ਨਹੀਂ ਜੋ ਅੱਜ ਕੱਲ੍ਹ ਸਾਇੰਸ ਦੀ ਤਕੜੀ 'ਤੇ ਪੂਰਾ ਉਤਰੇ? ਜੇ ਸਿਮਰਨ ਅਭਿਆਸ ਦੀਆਂ ਸ਼ਰਤਾਂ ਜੋ ਕਿ ਨੇਕ ਨਿਯਤੀ ਨਿਰਮਾਣਤਾ ਪਿਆਰ ਉੱਦਮ ਮਿਹਨਤ ਅਤੇ ਵਿਚਾਰ ਹਨ ਠੀਕ ਪੂਰੀਆਂ ਕੀਤੀਆਂ ਜਾਣ ਤਾਂ ਜਿਵੇਂ ਦੋ ਦੁਨੀ ਚਾਰ ਹੁੰਦੇ ਹੈ ਉਸੇ ਤਰ੍ਹਾਂ ਸਿਮਰਨ ਦਾ ਸਿੱਟਾ ਸੱਚ ਦੀ ਪ੍ਰਾਪਤੀ ਅਤੇ ਗਿਆਨ ਹੁੰਦਾ ਹੈ। ਆਦਮੀ ਮਹਿਸੂਸ ਕਰਦਾ ਹੈ ਕਿ ਉਹਨੂੰ ਕੋਈ ਬੜੀ ਨਿੱਗਰ ਪੂਰਨ ਅਤੇ ਪ੍ਰਤੱਖ ਚੀਜ਼ ਲੱਭੀ ਹੈ। ਸਿਮਰਨ ਲੀਡਸ ਟੂ ਸਰਟਨ ਡੈਫੀਨੇਟ ਪੋਜ਼ੀਟਿਵ ਐਂਡ ਸਬਸਟੈਂਸ਼ੀਅਲ ਰਿਜ਼ਲਟਸ। ਸਿਮਰਨ ਅਭਿਆਸ ਇੱਕ ਵਿਗਿਆਨਕ ਯੁਗਤੀ ਹੈ ਜਿਹਨੂੰ ਵਰਤ ਕੇ ਜਿਹਦਾ ਦਿਲ ਕਰੇ ਮਾਨਸ ਤੋਂ ਦੇਵਤਾ ਬਣ ਸਕਦਾ ਹੈ। ਧੰਨਵਾਦ।